ਪੰਜਾਬ ਭਵਨ ਸਰੀ ਕੈਨੇਡਾ ਨਜ਼ਦੀਕ ਸੁੱਖੀ ਬਾਠ ਮੋਟਰਸ ਵਿੱਚ ਕਰਵਾਏ ਜਾਂਦੇ ਪ੍ਰੋਗਰਾਮਾਂ ਦੀ ਗਿਣਤੀ ਅਤੇ ਮਿਆਰ ਦਿਨ ਬ ਦਿਨ ਵੱਧ ਰਿਹਾ ਹੈ। ਵੈਨਕੂਵਰ ਵਿਚਾਰ ਮੰਚ ਵੱਲੋਂ ਇੱਥੇ ਇੱਕ ਵਿਸ਼ਾਲ ਪ੍ਰੋਗਰਾਮ ਉਲੀਕਿਆ ਗਿਆ। ਸ਼ੁਰੂਆਤ ਵਿੱਚ ਕਵਿੰਦਰ ਚਾਂਦ ਵੱਲੋਂ ਪੰਜਾਬ ਭਵਨ ਵੱਲੋਂ ਭਰਵੇਂ ਇਕੱਠ ਦਾ ਸਵਾਗਤ ਕੀਤਾ ਗਿਆ ਅਤੇ ਅਗਲੇਰੀ ਕਾਰਵਾਈ ਲਈ ਮੋਹਨ ਗਿੱਲ ਨੂੰ ਸਟੇਜ ਸੰਭਾਲਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੇ ਪਹਿਲੇ ਹਿੱਸੇ ਵਿੱਚ ਨਾਮਵਰ ਲੇਖਕ ਬਖਸ਼ਿੰਦਰ ਹੋਰਾਂ ਦੀ ਫਿਲਮ ਮੇਰੀ ਕਹਾਣੀ ਦਿਖਾਈ ਗਈ। ਪ੍ਰਧਾਨਗੀ ਮੰਡਲ ਵਿੱਚ ਲੇਖਕ ਸਰਦਾਰ ਜਰਨੈਲ ਸਿੰਘ ਸੇਖਾਂ, ਇੰਦਰਜੀਤ ਕੌਰ ਸਿੱਧੂ, ਸਰਦਾਰ ਜਰਨੈਲ ਸਿੰਘ ਆਰਟਿਸਟ, ਸੁੱਖੀ ਬਾਠ, ਸਟਾਰ ਗਾਇਕ ਮਲਕੀਤ ਸਿੰਘ ਅਤੇ ਮੋਹਨ ਗਿੱਲ ਸ਼ਾਮਲ ਹੋਏ। ਜਿਸ ਉਪਰੰਤ ਬਖਸ਼ਿੰਦਰ ਹੋਰਾਂ ਦੀ ਪੁਸਤਕ ਬਾਬਾ ਇਨਕਲਾਬ ਸਿੰਘ ਰਿਲੀਜ਼ ਕੀਤੀ ਗਈ। ਲੇਖਕ ਨੇ ਆਪਣੇ ਵਿਸ਼ੇਸ਼ ਅੰਦਾਜ਼ ਵਿੱਚ ਆਪਣੇ ਲੇਖਨ ਅਤੇ ਫਿਲਮ ਸਾਜੀ ਦੀਆਂ ਬਰੀਕੀਆਂ ਉੱਪਰ ਚਾਨਣਾ ਵੀ ਪਾਇਆ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਅਮਰੀਕਾ ਤੋਂ ਕਵਿਤਰੀ ਸਵਰਾਜ ਕੌਰ ਜੀ ਦਾ ਰੂਬਰੂ ਉਲੀਕਿਆ ਗਿਆ। ਅਮਰੀਕ ਪਲਾਹੀ ਹੋਰਾਂ ਲੇਖਕਾਂ ਦੀ ਕਵਿਤਾ ਦੇ ਸਰੋਕਾਰ, ਪ੍ਰਭਾਵ ਅਤੇ ਸ਼ਖਸੀਅਤ ਬਾਰੇ ਵਿਚਾਰ ਵੀ ਰੱਖੇ। ਪੰਜਾਬ ਭਵਨ ਦੇ ਸੱਦੇ ਤੇ ਆਏ ਗੋਲਡਨ ਸਟਾਰ ਮਲਕੀਤ ਸਿੰਘ, ਸਵੀਡਨ ਤੋਂ ਗਾਇਕਾ ਅਨੀਤਾ ਅਤੇ ਭਾਰਤ ਤੋਂ ਇੰਦਰਪ੍ਰੀਤ ਕੌਰ ਦਰਦੀ ਨੇ ਆਪਣੀ ਗਾਇਨ ਕਲਾ ਨਾਲ ਪ੍ਰੋਗਰਾਮ ਨੂੰ ਸਿਖਰ ਤੇ ਪਹੁੰਚਾ ਦਿੱਤਾ। ਇਸ ਦੌਰਾਨ ਪੰਜਾਬ ਭਵਨ ਵੱਲੋਂ ਬਖਸ਼ਿੰਦਰ, ਸਵਰਾਜ ਕੌਰ, ਗਾਇਕ ਮਲਕੀਤ ਸਿੰਘ, ਅਨੀਤਾ ਲਾਰਚੇ, ਇੰਦਰਪ੍ਰੀਤ ਕੌਰ ਅਤੇ ਦਰਦੀ ਪਰਿਵਾਰ ਦਾ ਸਨਮਾਨ ਵੀ ਕੀਤਾ ਗਿਆ।